ਕਹਿੰਦੇ ਨੇ ਕਿ ਚਾਹੇ ਜਿੰਨੇ ਮਰਜ਼ੀ ਜ਼ਖਮੀ ਹੋ ਜਾਈਏ, ਜਿੰਨੇ ਮਰਜ਼ੀ ਕਹਿੰਦੇ ਜੋ ਮਰਜ਼ੀ ਨੁਕਸਾਨ ਹੋਵੇ, ਪਰ ਦਿੱਲੀ ਪਹੁੰਚਾਂਗੇ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੱਕ ਵੀ ਕਹਿੰਦੇ ਪਹੁੰਚਾਂਗੇ, ਸੁਨੇਹਾ ਦੇਵਾਂਗੇ। ਰੇਸ਼ਮ ਅਨਮੋਲ, ਰੇਸ਼ਮ ਅਨਮੋਲ ਬੇਸ਼ੱਕ ਇੱਕ ਗਾਇਕ ਨੇ, ਪਰ ਇਹ ਉਹ ਚਿਹਰਾ ਜਿਹੜੇ ਸਭ ਤੋਂ ਪਹਿਲਾਂ ਕਿਸਾਨ ਹਜੇ ਕੱਲ੍ਹ ਆਏ, ਇਹ ਦੋ ਦਿਨ ਪਹਿਲਾਂ ਇੱਥੇ ਆ ਗਏ ਸੀ ਹੌਸਲਾ ਅਫਜ਼ਾਈ ਕਰਨ ਦੇ ਲਈ, ਕਿਉਂਕਿ ਪਿਛਲੇ ਅੰਦੋਲਨ ਦੇ ਦੌਰਾਨ ਵੀ ਗਾਇਕਾਂ ਨੇ ਵੱਡਾ ਯੋਗਦਾਨ ਦਿੱਤਾ। ਰੇਸ਼ਮ, ਤੁਸੀਂ ਉਸ ਦਿਨ ਵੀ ਆਏ ਸੀ, ਅੱਜ ਆਏ ਹੋ, ਕੱਲ੍ਹ ਤੁਸੀਂ ਇੱਥੇ ਤਸਵੀਰ ਦੇਖੀ ਕਿ ਬੇਸ਼ੱਕ ਨੌਜਵਾਨ ਜੋਸ਼ 'ਚ ਨੇ, ਪਰ ਜਿਵੇਂ ਉੱਧਰੋਂ ਜ਼ਖਮੀ ਹੋਏ ਨੌਜਵਾਨ, ਜਿਵੇਂ ਗੋਲੇ ਸਿੱਟੇ ਗਏ, ਐਸੇ ਹਾਲਾਤਾਂ ਦੇ ਵਿੱਚ ਅੱਜ ਰੇਸ਼ਮ ਅਨਮੋਲ ਇਹਨਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰੇਗਾ? ਸਾਡੀ ਡਿਕਸ਼ਨਰੀ ਦੇ ਵਿੱਚ ਇੱਕੋ ਸ਼ਬਦ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ, ਕਿਉਂਕਿ ਕਾਰਪੋਰੇਟ ਦੇ ਨਾਲ ਲੜਾਈ ਹੈ। ਇਹ ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ। ਪੂਰੀ ਦੁਨੀਆ ਦਾ ਜਿਹੜਾ ਕਾਰਪੋਰੇਟ ਮਾਡਲ ਹੈ, ਉਹ ਨਹੀਂ ਚਾਹੁੰਦਾ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣ, ਉਹ ਨਹੀਂ ਚਾਹੁੰਦਾ MSP ਦਾ ਕਾਨੂੰਨ ਬਣੇ, ਉਹ ਨਹੀਂ ਚਾਹੁੰਦਾ C2+50 ਜਿਹੜਾ ਕਿ ਸਵਾਮੀਨਾਥਨ ਜੀ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ, ਉਹਨਾਂ ਨੇ ਇੰਨੀ ਮਿਹਨਤ ਕਰਕੇ ਇੱਕ ਫਾਰਮੂਲਾ ਕੱਢਿਆ ਸੀ, ਕਿਉਂਕਿ ਕਿਸਾਨਾਂ ਨੂੰ ਨਾ ਤਾਂ ਓਵਰ ਟਾਈਮ ਮਿਲਦਾ ਹੈ, ਨਾ ਇਹ ਹੈ ਕਿ 7-8 ਘੰਟੇ ਡਿਊਟੀ ਕਰਨੀ ਹੈ, ਨਾ ਕੋਈ ਵੀਕਐਂਡ ਮਿਲਦਾ, ਨਾ ਛੁੱਟੀ ਮਿਲਦੀ ਹੈ, ਨਾ ਭੱਤੇ ਮਿਲਦੇ ਹੈ ਨਾ, ਅਤੇ ਉਹਦਾ ਟੱਬਰ ਵੀ ਸਾਰਾ ਲੱਗਿਆ ਰਹਿੰਦਾ ਨਾਲ। ਤਾਂ ਬੜੀ ਰਿਸਰਚ ਕਰਕੇ ਉਹਨਾਂ ਨੇ ਫਾਰਮੂਲਾ ਬਣਾਇਆ ਸੀ ਕਿ ਕਿਸਾਨਾਂ ਨੂੰ ਇਹ ਡਿਜ਼ਰਵ ਕਰਦੇ ਆ, ਇੰਨਾ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ, ਅਤੇ ਕਾਰਪੋਰੇਟ ਨਹੀਂ ਚਾਹੁੰਦਾ ਉਹ ਹੱਕ ਇਹਨਾਂ ਨੂੰ ਦਿੱਤੇ ਜਾਣ। ਅਤੇ ਬਾਕੀ ਇਹ ਡਿਮਾਂਡਾਂ ਨਹੀਂ ਹੈਗੀਆਂ, ਇਹ ਕਮਿਟਮੈਂਟਸ ਹੈ ਸਰਕਾਰਾਂ ਦੀਆਂ। ਪਿਛਲੇ ਅੰਦੋਲਨ ਦੇ ਵਿੱਚ ਆਪ ਉਹਨਾਂ ਨੇ ਕਮਿਟ ਕੀਤਾ ਕਿ ਸ਼ਹੀਦਾਂ ਨੂੰ ਮੁਆਵਜ਼ਾ ਮਿਲੇਗਾ, C2+50 ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗੀ, ਔਰ MSP ਦਾ ਕਾਨੂੰਨ ਬਣਾਇਆ ਜਾਏਗਾ, ਅਤੇ ਕਾਰਪੋਰੇਟ ਨਹੀਂ ਚਾਹੁੰਦਾ। ਰਿਸ਼ਮ, ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਅਸੀਂ ਬੇਸ਼ੱਕ ਕਿੱਤੇ ਵਜੋਂ ਹੁਣ ਕੋਈ ਵੀ ਕੰਮ ਕਰ ਰਹੀ ਹੈ, ਪਰ ਮੂਲ ਰੂਪ 'ਚ ਅਸੀਂ ਕਿਸਾਨ ਹੈ, ਤੁਸੀਂ ਖੇਤੀ ਵੀ ਹੁਣ ਵੀ ਕਰਦੇ ਹੋ, ਔਰ ਭਲੀ ਭਾਂਤ ਇਹਨਾਂ ਹਾਲਾਤਾਂ ਨੂੰ ਸਮਝਦੇ ਵੀ ਹੋ, ਜੋ ਵੀ ਕੱਲ੍ਹ ਹੋਇਆ ਜਾਂ ਜੋ ਅੱਜ ਸਵੇਰੇ ਵੀ ਇੱਥੇ ਦੇਖਣ ਨੂੰ ਮਿਲਿਆ, ਟਰੈਕਟਰ ਹੈ ਤੁਸੀਂ ਉਹ ਦਿਖਾਇਓ ਜ਼ਰੂਰ, ਉਹ 'ਤੇ ਸਾਰੀ ਗੋਲੀਆਂ ਮਾਰ ਕੇ ਟਾਇਰ ਭੰਨ 'ਤੇ ਹੈ, ਅਤੇ ਉਸ ਟਰੈਕਟਰ ਦਾ ਖਰਚਾ ਮੈਨੂੰ ਠੀਕ ਕਰਾਊਂਗਾ ਆਪਣੇ ਖਰਚੇ ਦੇ, ਜਿੰਨਾ ਵੀ ਪੈਸਾ ਲੱਗੇਗਾ, ਇਹ ਖੜਾ ਸਾਹਮਣੇ ਇੱਥੇ ਟਰੈਕਟਰ, ਸਾਰੇ ਟਾਇਰ ਉਹ 'ਤੇ ਗੋਲੀਆਂ ਮਾਰੀਆਂ ਗਈਆਂ ਨੇ। ਔਰ ਇਹ ਦੱਸ ਦਈਏ ਕਿ ਦੇਖੋ ਜੀ, ਇੱਕ ਐਲਾਨ ਆਪਣੇ ਪੱਧਰ ਤੇ ਗਾਇਕ ਰੇਸ਼ਮ ਅਨਮੋਲ ਨੇ ਕਰ ਦਿੱਤਾ ਹੈ ਕਿ ਇੱਕ ਟਰੈਕਟਰ ਆ, ਉਹਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ, ਕਿ ਇੱਕ ਟਰੈਕਟਰ ਦੇ ਟਾਇਰ ਆ ਸਾਰੇ ਪਾਟ ਗਏ ਆ, ਉਹ 'ਤੇ ਗੋਲੀਆਂ ਵੱਜੀਆਂ, ਤਾਂ ਕਹਿੰਦੇ ਨੇ ਕਿ ਉਹਦੇ 'ਤੇ ਜੋ ਵੀ ਖਰਚਾ ਆਏਗਾ ਮੈਂ ਕਰਾਂਗਾ, ਉਸ ਟਰੈਕਟਰ ਨੂੰ ਠੀਕ ਕਰਾ ਕੇ ਕਿਸਾਨ ਤੱਕ ਦੇਣ ਦੀ ਜ਼ਿੰਮੇਵਾਰੀ ਰੇਸ਼ਮ ਅਨਮੋਲ ਨੇ ਉੱਟੀ ਆ, ਅਤੇ ਇੱਕ ਬੜਾ ਵਧੀਆ ਉਪਰਾਲਾ ਕਵਾਂਗੇ, ਇੱਕ ਆਪਣੇ ਕਿਸਾਨ ਭਰਾ ਦੀ ਮਦਦ ਦੇ ਲਈ ਇੱਕ ਚੰਗਾ ਐਲਾਨ ਰੇਸ਼ਮ ਅਨਮੋਲ ਨੇ ਪਹਿਲ ਕੀਤੀ ਆ, ਬੇਸਿਕਲੀ ਪਹਿਲ ਕਦਮੀ ਦੀ ਤਾਰੀਫ ਕਰਨੀ ਬਣਦੀ ਆ। ਹੌਸਲਾ ਅਫਜ਼ਾਈ ਕਿਵੇਂ ਕਰੋਗੇ? ਬੇਸ਼ੱਕ ਕਹਿੰਦੇ ਆ ਕਿ ਮਾਹੌਲ ਇੱਥੇ ਜੋ ਮਰਜ਼ੀ ਤਣਾਅ ਵਾਲਾ ਹੋਵੇ, ਪਰ ਚੜ੍ਹਦੀ ਕਲਾ ਵਾਲੇ ਪੰਜਾਬੀ ਆ, ਇੱਥੇ ਗਾਣੇ ਇੱਥੇ ਵੀ ਡੇਕਾਂ 'ਤੇ ਚੱਲ ਰਹੇ ਆ, ਤਾਂ ਕਿਵੇਂ ਹੌਸਲਾ ਅਫਜ਼ਾਈ ਕਰੋਗੇ ਆਪਣੇ ਸਾਥੀ ਕਿਸਾਨਾਂ ਦੀ? ਦੇਖੋ, ਸਾਡਾ ਜਿਹੜਾ ਇਤਿਹਾਸ ਹੈ ਨਾ, ਹੈ ਨਾ, ਉਹ ਇੱਦਾਂ ਦਾ ਰਿਹਾ ਕਿ 3-3 ਮਹੀਨੇ ਅੰਦਰ ਖਾਣ ਨੂੰ ਕੁਝ ਨਹੀਂ ਹੈਗਾ, ਚਮਕੌੜ ਦੀ ਗੜੀ ਦੇ ਵਿੱਚ ਜਾਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ, ਹੈ ਨਾ, ਭੁੱਖੇ ਭਾਣੇ ਸਿੰਘ ਪੱਤੇ ਖਾ ਖਾ ਕੇ, ਹੈ ਨਾ, ਚੜ੍ਹਦੀ ਕਲਾ 'ਚ ਨੇ, ਹਜੇ ਤਾਂ ਹੀ ਸ਼ੁਰੂਆਤ ਹੋਈ ਹੈ, ਇਹ ਬਹੁਤ ਲੰਮੀ ਲੜਾਈ ਚੱਲਣੀ ਹੈ, ਇੱਕ ਦਿਨ ਦੀ ਇਹ ਥੋੜ੍ਹਾ ਕਿ ਆਪਾਂ ਇੱਕ ਦਿਨ ਰੋਕ ਲਿਆ, ਇਹ ਜਿਹੜੀਆਂ ਰੋਕਾਂ ਨੇ, ਇਹ ਜਿਹੜਾ ਤਸ਼ੱਦਦ ਹੈ, ਇਹ ਦੱਸ ਰਿਹਾ ਕਿ ਆਪਾਂ ਸਹੀ ਟਰੈਕ 'ਤੇ ਹਾਂ, ਇਹ ਦੱਸ ਰਿਹਾ ਕਿ ਵਾਕਈ ਸਾਨੂੰ ਵਿਫਤਾ ਪਈ ਹੋਈ ਹੈ, ਵੀ ਯਾਰ ਇਹ ਦੁਨੀਆ ਲਈ ਇੱਕ ਐਗਜ਼ਾਮਪਲ ਸੈੱਟ ਕਰਨਗੇ। ਹੌਸਲੇ ਵਾਲੀਆਂ ਫਿਰ ਸੁਣਾ ਦਿਓ ਚਾਰ ਲੈਣਾ। ਹੌਸਲੇ ਵਾਲੀਆਂ ਬਿਲਕੁਲ, ਸਾਨੂੰ ਰੱਬ ਨੇ ਕਲਾ ਦੀ ਦਾਤ ਬਖਸ਼ੀ ਹੈ, ਸਭ ਤੋਂ ਵਧੀਆ ਤਰੀਕਾ ਇਹੀ ਹੈ, ਇੱਕ ਆਪਾਂ ਪੈਸੇ ਦਾ ਦਸਵੰਧ ਕੱਢਦੇ ਹਾਂ, ਆਪਾਂ ਕੱਢਦੇ ਹੀ ਹਾਂ, ਪਿੰਡ 'ਚ ਗੁਰੂ ਘਰ ਦੀ ਸਾਡੀ ਸੇਵਾ ਚੱਲਦੀ ਹੈ, ਕਿ ਮੇਰੀ ਸਟੇਜ ਦੀ ਜਿੰਨੀ ਟਿਪ ਹੁੰਦੀ ਹੈ ਉਹ ਮੈਂ ਹਮੇਸ਼ਾ ਲੰਗਰ ਦੇ ਵਿੱਚ ਪਾਉਂਦਾ, ਉਹ ਸਾਡਾ ਪੈਸੇ ਦਾ ਦਸਵੰਧ ਹੈ, ਇੱਕ ਸਾਡਾ ਕਲਾ ਦਾ ਦਸਵੰਧ ਹੈ, ਹਮੇਸ਼ਾ ਹੀ ਆਪਾਂ ਇੱਕ ਦੋ ਗਾਣਾ ਸਮਾਜ ਲਈ, ਕੌਮ ਲਈ, ਇਨਸਾਨੀਅਤ ਲਈ, ਸਰਬੱਤ ਦੇ ਭਲੇ ਦੇ ਲਈ ਕਰੀਏ। ਉਹ ਗਾਣਾ ਜੀ ਫਾਰਮਰ ਪ੍ਰੋਟੈਸਟ 2 ਬਿੰਦਰ ਮਾਨ ਜੀ ਨੇ ਲਿਖਿਆ, ਜਿਨ੍ਹਾਂ ਨੇ ਦਿੱਲੀ ਨੇ ਜਿੱਤ ਕੇ ਪੰਜਾਬ ਚੱਲਿਆ ਲਿਖਿਆ ਸੀ। ਮੈਂ ਸਾਰੇ ਯੂਥ ਨੂੰ ਰਿਕੁਐਸਟ ਕਰਦਾ, ਇੱਕ ਤਾਂ ਜਾਪਤੇ 'ਚ ਰਹਿਣਾ, ਕਿਸੇ ਨਾਲ ਲੜਨਾ ਨਹੀਂ, ਹਿੰਸਾ ਨਹੀਂ ਕਰਨੀ, ਸਾਨੂੰ ਉਕਸਾਉਣਗੇ ਆਪਾਂ ਹਿੰਸਾ ਨਹੀਂ ਕਰਨੀ,
ਤੇ ਮੇਰੇ ਇੰਸਟਾਗ੍ਰਾਮ ਰੇਸ਼ਮ ਸਿੰਘ ਅਨਮੋਲ ਤੇ ਫੇਸਬੁੱਕ ਜਾਂ ਯੂਟਿਊਬ ਤੇ ਜਾ ਕੇ ਉਸ ਗਾਣੇ ਤੇ ਰੀਲਾਂ ਬਣਾਓ ਤੇ ਲੋਕਾਂ ਨੂੰ ਮੋਟੀਵੇਟ ਕਰੋ, ਕਿਉਂਕਿ ਸਾਡਾ ਦਿਲ ਕਰਦਾ ਚੰਗੇ ਗਾਣੇ ਗਾਈਏ, ਨਹੀਂ ਤੁਸੀਂ ਨਹੀਂ ਸੁਣੋਗੇ ਐਪਰੀਸ਼ੀਏਟ ਕਰੋਗੇ, ਬੰਦਾ ਕਰਦਾ ਚਲੋ ਯਾਰ ਫਿਰ ਨਾਗਣੀ ਤੇ ਕਰੀਏ, ਫਿਰ ਦਾਰੂ ਤੇ ਕਰੀਏ, ਹੈ ਨਾ। ਹੋ ਭਰ ਲਓ ਟਰਾਲੀਆਂ ਤੇ ਖਿੱਚ ਲਓ ਤਿਆਰੀ, ਸੈਂਟਰ ਨਾਪੇ ਚਾਪੇਗਾ ਫਿਰ ਇੱਕ ਵਾਰੀ, ਜਦੋਂ ਕਰੇਂਗੀ ਕਿਸਾਨਾਂ ਨੂੰ ਖਰਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ, ਮਿਹਨਤਾਂ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ, MSP ਕਰਾਉਣੀ ਤੈਨੂੰ ਯਾਦ, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। ਸਾਡੇ ਸਿਰ ਝਾੜਦੀਆਂ ਕਰਜ਼ੇ ਤੇ ਕੁਰਕੀ, ਖੋਣਾ ਚਾਹੁੰਦੀ ਸਾਡੇ ਕੋਲ ਪੈਲੀਆਂ ਤੇ ਬੁਰਕੀ, ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ, ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ। UP ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ, ਬਿੰਦਰਾ ਕੀ ਰੋਕਣਾ ਏ ਸਾਨੂੰ ਬੈਰੀਕੇਟਾਂ ਨੇ, ਝੰਡੇ ਝੂਲਣੇ ਕਿਸਾਨੀ ਜਿੰਦਾਬਾਦ, ਦਿੱਲੀਏ ਨੀ ਤੇਰੀ, ਉਹ ਇੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਇੱਕ ਤੇ। ਭਾਰਤ ਰਤਨ ਦੇ ਕੇ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਭਾਰਤ ਰਤਨ ਨਾਲ ਢਿੱਡ ਨਹੀਂ ਉਹ ਭਰਨਾ, ਸਵਾਮੀਨਾਥਨ ਰਿਪੋਰਟਾਂ ਨੂੰ ਵੀ ਪੈਣਾ ਲਾਗੂ ਕਰਨਾ, ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼, ਦਿੱਲੀਏ ਨੀ ਤੇਰੀ ਹਿੱਕ ਤੇ, ਉਹ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਉਹ ਹਿੱਕ ਉੱਤੇ ਨੱਚੂਗਾ ਪੰਜਾਬ, ਦਿੱਲੀਏ ਨੀ ਤੇਰੀ ਹਿੱਕ ਤੇ, ਉਹ ਹਿੱਕ ਉੱਤੇ ਨੱਚੂਗਾ ਕਿਸਾਨ, ਦਿੱਲੀਏ ਨੀ ਤੇਰੀ ਹਿੱਕ ਤੇ। ਰੇਸ਼ਮ ਬੇਹੱਦ ਜੋਸ਼ ਦੇ ਵਿੱਚ, ਰੇਸ਼ਮ ਟਰੈਕਟਰ ਕੋਲੇ ਚੱਲਦੇ ਆ, ਰੇਸ਼ਮ ਵੀ ਬੇਹੱਦ ਜੋਸ਼ ਦੇ ਵਿੱਚ ਨਜ਼ਰ ਆਏ, ਤਾਂ ਇਹ ਜੋਸ਼ ਹੈ ਕਿਵੇਂ ਨਾਰੇ ਲੱਗ ਰਹੇ ਨੇ। ਦੇਖੋ ਪੰਜਾਬੀ ਕਹਿੰਦੇ ਕਿ ਚੜ੍ਹਦੀ ਕਲਾ 'ਚ ਰਹਿੰਦੇ ਆ, ਇੱਕ ਪਾਸੇ ਤਾਂ ਟਕਰਾਂ, ਇੱਕ ਪਾਸੇ ਕਹਿੰਦੇ ਨੇ ਕਿ ਧਮਾਕੇ ਚੱਲ ਰਹੇ ਨੇ, ਅਥਰੂ ਗੈਸ ਸਿੱਟੀ ਜਾ ਰਹੀ ਆ, ਪਰ ਦੂਜੇ ਪਾਸੇ ਗਾਣੇ ਵੀ ਚੱਲ ਰਹੇ ਆ। ਪੰਜਾਬੀਆਂ ਦਾ ਸੁਭਾਅ ਜੋਸ਼ ਹੈ, ਤਾਂ ਆਹ ਦੇਖੋ ਆਹ ਟਰੈਕਟਰ ਦੀ ਹਾਲਤ ਤੁਹਾਨੂੰ ਦਿਖਾਉਣੇ ਆ, ਆਹ ਟਰੈਕਟਰ ਦੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ। ਆਹ ਉਹੀ ਟਰੈਕਟਰ ਹੈ ਜਿਹਦੇ ਸਾਰੇ ਟਾਇਰ ਪਾਟ ਗਏ ਨੇ, ਔਰ ਦੋਨੇ ਟਾਇਰ ਇੱਧਰ, ਇਹ ਟਰੈਕਟਰ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਨੁਕਸਾਨਿਆ ਗਿਆ, ਗੋਲੀਆਂ ਲੱਗੀਆਂ ਨੇ ਟਾਇਰਾਂ ਦੇ ਵਿੱਚ। ਇਸ ਟਰੈਕਟਰ ਦਾ ਜਿਹੜਾ ਜਿੰਨਾ ਵੀ ਖਰਚਾ, ਉਹ ਕਹਿੰਦੇ ਨੇ ਕਿ ਰੇਸ਼ਮ ਅਨਮੋਲ ਚੱਕਣਗੇ। ਅਗਲੇ ਪਾਸੋਂ ਵੀ ਦਿਖਾ ਦਿੰਦੇ ਹਾਂ, ਅਗਲੇ ਪਾਸੋਂ ਵੀ ਦਿਖਾ ਦਿੰਦੇ ਹਾਂ ਕਿ ਕਿਸਾਨ ਦਾ ਪੁੱਤਾਂ ਵਰਗਾ ਹੁੰਦਾ ਟਰੈਕਟਰ, ਟਰੈਕਟਰ ਨੂੰ ਪੁੱਤਾਂ ਵਾਂਗ ਕਿਸਾਨ ਪਾਲਦਾ ਇਹ, ਕਿਉਂਕਿ ਖੇਤੀ ਉਸਦੀ ਇਸੇ ਟਰੈਕਟਰ ਸਿਰ ਤੇ ਅੱਗੋਂ ਵੀ ਜਿਹੜਾ ਹੈਗਾ ਨੁਕਸਾਨਿਆ ਗਿਆ। ਤਾਂ ਰੇਸ਼ਮ ਨੇ ਐਲਾਨ ਕੀਤਾ, ਤਾਂ ਇੱਕ ਪਹਿਲ ਕੀਤੀ ਹੈ, ਰੇਸ਼ਮ ਇਸ ਟਰੈਕਟਰ ਤੇ ਹੈ ਕਿਹਦਾ, ਕੋਈ ਗੱਲਬਾਤ ਹੋਈ ਹੈ? ਮੈਨੂੰ ਕੁਝ ਨਹੀਂ ਪਤਾ ਕਿਹਦਾ ਟਰੈਕਟਰ ਹੈ, ਮੈਨੂੰ ਇਹ ਪਤਾ ਹੱਕ ਸੱਚ ਲਈ ਇੱਕ ਤੀਰਥ ਦੇ ਦਾਂ ਤੇ ਮੈਂ ਮੱਥਾ ਟੇਕਦਾ ਇਸ ਟਰੈਕਟਰ ਨੂੰ, ਇਕੱਲੇ ਇਸ ਟਰੈਕਟਰ ਨੂੰ ਨਹੀਂ, ਹਰ ਇੱਕ ਜੀ ਨੂੰ ਜਿਹੜਾ ਇੱਥੇ ਆਇਆ, ਇਹਨਾਂ ਬੈਰੀਕੇਟਾਂ ਨੂੰ ਸਾਰਿਆਂ ਨੂੰ ਮੱਥਾ ਟੇਕਦਾ, ਸਜਦਾ ਕਰਦਾ, ਕਿਉਂਕਿ ਇੱਕ ਤੀਰਥ ਹੈ ਇਹ, ਪਵਿੱਤਰਤਾ ਦੀ, ਸੱਚ ਦੀ, ਹੱਕ ਦੀ, ਇਨਸਾਨੀਅਤ ਦੀ ਲੜਾਈ ਹੈ। ਮੈਨੂੰ ਨਹੀਂ ਪਤਾ ਕਿਸੇ ਦਾ ਟਰੈਕਟਰ ਹੈ, ਪਰ ਇਸ ਟਰੈਕਟਰ ਨੂੰ ਮੈਂ ਪੂਰੀ ਤਰ੍ਹਾਂ ਠੀਕ ਕਰਾਵਾਂਗਾ, ਜੋ ਵੀ ਇੱਥੇ ਪੈਸਾ ਲੱਗੂਗਾ, ਜਿੰਨੀ ਕੁ ਮੇਰੀ ਔਕਾਤ ਹੈ, ਆਪਾਂ ਜ਼ਰੂਰ ਹੈਲਪ ਕਰਾਂਗੇ ਅਤੇ ਠੀਕ ਕਰਾ ਕੇ ਦੇਵਾਂਗੇ ਟਰੈਕਟਰ।